ਤੇ ਇਹ ਤੁਹਾਨੂੰ ਬਲਰ ਕਰਨੀਆਂ ਪੈਣੀਆਂ ਤਸਵੀਰਾਂ ਤਾਂ ਪਤਾ ਨਹੀਂ ਲੱਗਦਾ ਕੀੜੇ ਤੋਂ ਭਾਵ ਕੀ ਹੈ ਕੀੜੇ ਤੋਂ ਭਾਵੇਂ ਹੈ ਜੀ ਮਤਲਬ ਐਵੇਂ ਕੋਈ ਸੁੰਡੀ ਹੈ ਕੀ ਹੈ ਮਤਲਬ ਕਿਵੇਂ ਤੁਹਾਨੂੰ ਸਾਹਮਣੇ ਦਿਖਦੇ ਆ ਕਿ ਆ ਕੀੜੇ ਚੱਲ ਰਹੇ ਨੇ ਕੀੜੇ ਵੱਡੇ ਸੁੰਡ ਹੁੰਦੇ ਆ ਜੀ ਚਿੱਟੇ ਰੰਗ ਦੇ ਮੱਖੀ ਦਾ ਲਾਰਵਾ ਜੀ ਉਹ ਦੇਖੋ ਇੱਕ ਬੰਦਾ ਜਿਹੜਾ ਆਪਣੀ ਕੇਅਰ ਨਹੀਂ ਕਰ ਸਕਦਾ ਜਿਹਨੂੰ ਸੋਜੀ ਨਹੀਂ ਅਫਸੈਟ ਆ ਉਹਦੇ ਜ਼ਖਮ ਹੋ ਗਿਆ ਛੋਟਾ ਜਿਹਾ ਮੱਖੀ ਬੈਠੀ ਜਾਂਦੀ ਹੈ ਮੱਖੀ ਨੇ ਉਹਦੇ ਵਿੱਚ ਅੰਡੇ ਦੇਤੇ ਉਹਦੇ ਅੰਦਰ ਲਾਰਵਾ ਪੈਦਾ ਹੋ ਗਿਆ ਉਹਦੇ ਕੀੜੇ ਬਣ ਗਏ ਕੀੜੇ ਕਹੇ ਜੀ ਚੀਜ਼ ਆ ਉਹਦਾ ਜਿਹੜਾ ਸਲਾਈਵਾ ਵਾ ਉਹ ਜਿੱਥੇ ਜਿੱਥੇ ਟੱਚ ਕਰੀ ਜਾਂਦਾ ਉਹਨਾਂ ਉਹ ਮਾਸ ਨੂੰ ਫਿਰ ਉਹ ਖਾਈ ਜਾਂਦਾ ਬੰਦੇ ਨੂੰ ਤਕਲੀਫ ਵੀ ਨਹੀਂ ਹੁੰਦੀ ਗਾਂਹਲੇ ਨੂੰ ਉਹਨੂੰ ਫੀਲ ਵੀ ਨਹੀਂ ਹੁੰਦਾ ਮੇਰਾ ਮਾਸ ਕਰਦਾ ਜਾ ਰਿਹਾ ਤੇ ਅਸੀਂ ਬਾਪੂ ਤੇ ਲੱਤ ਚ ਕੀੜੇ ਕੱਢੀ ਜਾਂਦੇ ਬਾਪੂ ਇੰਨਾ ਆਪਦੀਆਂ ਗੱਲਾਂ ਮਾਰੀ ਜਾਂਦਾ ਉਹ ਵਿੱਕੀ ਓਏ ਲੱਕੀ ਓਏ ਲੱਬੇ ਆਪਦੇ ਬੱਚ ਮੁੰਡਿਆਂ ਦੇ ਨਾਂ ਲਈ ਜਾਂਦਾ 42 ਕੀੜੇ ਨਿਕਲੇ ਜੀ ਪਹਿਲੇ ਦਿਨ ਜਦੋਂ ਅਸੀਂ ਬਾਪੂ ਦੀ ਜ਼ਿੰਦਗੀ ਦੇ ਵਿੱਚ ਮਤਲਬ ਆਪਣੀ ਜ਼ਿੰਦਗੀ 'ਚ ਮੈਂ ਪਹਿਲੀ ਵਾਰ ਦੇਖਿਆ ਸੀ ਵੀ ਇੰਦਾ ਕੀੜੇ ਬੰਦਿਆਂ ਦੇ ਵੀ ਪੈਂਦੇ ਕਾਲੀ ਸ਼ੀਸ਼ੀ ਪਰ ਲਿਕਿਡ ਹੈ ਸਾਡੇ ਲਈ ਇੱਕ ਉਹ ਜੂਬਾ ਸੀ ਜਿਹੜਾ ਵੀ ਢਾਬੇ ਤੇ ਬੰਦਾ ਆਉਂਦਾ ਸੀ ਉਹਨੂੰ ਦਿਖਾਉਂਦੇ ਵੀ ਆ ਬੰਦੇ ਦੇ ਕੀੜੇ ਪਏ ਕਹੀਦਿਆਂ ਨਾ ਸੀ ਉਹ ਸ਼ੀਸ਼ੀ ਰੱਖੀ ਰੱਖੀ ਉੱਥੇ ਦੂਏ ਦਿਨ ਫੇਰ ਬਾਪੂ ਰੇ ਬਾਪੂ ਦੇ ਪੱਟੀ ਕਰਦੇ ਸੀ ਪੱਟੀ ਖੋਲ ਕੇ ਬਾਪੂ ਮਿੱਟੀ ਮੜ ਲੈਂਦਾ ਸੀ ਬਾਪੂ ਆਪਣੀ ਟਾਇਲਟ ਕਰਕੇ ਟਾਇਲਟ ਜਾਖਮ ਤੇ ਮੜ ਲੈਂਦਾ ਸੀ ਮਤਲਬ ਇੰਨਾ ਅਫਸੈਟ ਸੀ ਬਾਪੂ ਅੱਜ ਜੋ ਬਾਪੂ ਨੂੰ ਮਿਲੋਂਗੇ ਤੁਸੀਂ ਬਾਪੂ ਕਿਸੇ ਨੂੰ ਗੱਲ ਨਹੀਂ ਹੋਣ ਦਿੰਦਾ ਸਾਡਾ ਕੇਸਰ ਸਿੰਘ ਢਾਲੀ ਵਾਲਾ ਬਾਪੂ ਬਿਲਕੁਲ ਕਹਰੀ ਕੈਮਾ ਸਾਡੇ ਨਾਲ ਹੀ ਰਹਿ ਰਿਹਾ ਫਿਰ ਉਸ ਤੋਂ ਬਾਅਦ ਸਮਾਂ ਬੀਤਦਾ ਗਿਆ ਜੀ ਬਾਪੂ ਜੀ ਦੀ ਸੇਵਾ ਸਾਨੂੰ ਮਿਲ ਗਈ ਫਿਰ ਇੱਕ ਬੰਦਾ ਹੋਰ ਸਾਨੂੰ ਢਾਬੇ ਤੇ ਮਿਲਿਆ ਫਿਰ ਕੀ ਹੋਇਆ ਜੀ ਸਾਨੂੰ ਲੋਕ ਥੜਕਦੇ ਤੁਰੇ ਜਾਂਦੇ ਨੂੰ ਵੀ ਦੁਕਾਨਾਂ ਵਾਲੇ ਰੋਕ ਲੈਂਦੇ ਬਾਈ ਇੱਥੇ ਬੰਦਾ ਜਾਂਦਾ ਫੋਨ ਕਰ ਦਿੰਦੇ ਅਸੀਂ ਜਾ ਕੇ ਟਰਟਾਬਾ ਚੱਲ ਰਿਹਾ ਸੀ ਉਸ ਤੋਂ ਟਰਟਾਬਾ ਚੱਲ ਰਹੀ ਟਰਟਾਬਾ ਟਰਟਾਬਾ ਲੋਕ ਰੁਕਦੇ ਸੀ ਬਹੁਤ ਕਰਕੇ ਕਹਿ ਰਹੇ ਕਿ ਬਹੁਤ ਸਾਰੇ ਲੋਕਾਂ ਨੂੰ ਨਾ ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀ ਇੱਕ ਕਾਂਤੀ ਜੀ ਆਨ ਲੱਗ ਜਾਂਦੀ ਕਿ ਨਹੀਂ ਇੱਥੇ ਨਹੀਂ ਜਾਣਾ ਹੈਗਾ ਇੱਥੇ ਅਜਿਹੇ ਲੋਕ ਹੁੰਨੇ ਆ ਕੋਈ ਆਪਣੀ ਫੈਮਿਲੀ ਨਾਲ ਗਿਆ ਹੁੰਦਾ ਹੁਣ ਜਿਹਨੂੰ ਤੁਸੀਂ ਕੀੜੇ ਦਿਖਾਤੇ ਹੋ ਸਕਦਾ ਤੁਹਾਡੇ ਦੁਬਾਰਾ ਨਾ ਆਵੇ ਟਾਬੇ ਤੇ ਦੇਖ ਕੇ ਕਿ ਇੱਥੇ ਤਾਂ ਅਜਿਹੇ ਲੋਕ ਹੈਗੇ ਆ ਟਾਬਾ ਫਿਰ ਤੁਹਾਨੂੰ ਲੱਗਦਾ ਤੁਹਾਡਾ ਬਿਜ਼ਨਸ ਹੀ ਬੰਦ ਹੋ ਰਿਹਾ ਸੀ ਇਸ ਟਾਈਮ ਸਾਨੂੰ ਜਿਹੜਾ ਟਾਬੇ ਦਾ ਇੰਚਾਰਜ ਸੀ ਨਾ ਮੈਂ ਤੁਹਾਨੂੰ ਗੱਲ ਮੈਂ ਆਪਣੀ ਗੱਲ ਲੰਬੀ ਚੱਲੇ ਜਾਣੀ ਆ ਬਾਪੂ ਕੇਸਰ ਸਿੰਘ ਜੀ ਦੀ ਮੈਂ ਤੁਹਾਨੂੰ ਕਿੱਸਾ ਸੁਣਾਉਣਾ 20 ਦਿਨਾਂ ਬਾਅਦ ਬਾਪੂ ਕੇਸਰ ਸਿੰਘ ਢਾਲੀਆ ਵਾਲਾ ਸਵੇਰ ਜਦੋਂ ਅਸੀਂ ਉੱਠੇ ਭੱਜ ਗਿਆ ਸਾਡੇ ਦਾ ਟਾਬੇ ਦਾ ਇੰਚਾਰਜ ਸੀ ਉਹ ਮੈਨੂੰ ਕਹਿੰਦਾ ਬਾਪੂ ਚੱਲਿਆ ਗਿਆ ਮੈਂ ਕਿੱਧਰ ਨੂੰ ਗਿਆ ਮੈਂ ਫੜ ਫੜ ਮੁੰਡਿਆਂ ਨੂੰ ਠਾਉਣ ਲੱਗ ਗਿਆ ਉਹਨੇ ਮੈਨੂੰ ਬਿਠਾ ਲਿਆ ਕਹਿੰਦਾ ਬਾਈ ਜੀ ਆ ਪਟਾ ਬਚ ਲਾਉਣਾ ਮੈਂ ਕਿਹਾ ਹਾਂ ਕਹਿੰਦਾ ਆਪਣਾ ਪੱਲਿਓਂ ਪੈਂਦੇ ਆ ਪੈਸੇ ਰੋਜ਼ ਅਜ ਫਿਰ ਕਹਿੰਦਾ ਬਾਪੂ ਨੂੰ ਜਾਣ ਦੋ ਕਹਿੰਦਾ ਤੁਸੀਂ ਤਾਂ ਨਹੀਂ ਭੇਜਿਆ ਆਪੇ ਗਿਆ ਨਾ ਉਹਨੇ ਕਨਵਿੰਸ ਕਰ ਲਿਆ ਮੈਨੂੰ ਮੈਂ ਕਿਹਾ ਯਾਰ ਗੱਲ ਤਾਂ ਸਹੀ ਆ ਵੀ ਬਾਪੂ ਆਪੇ ਚਲੇ ਗਿਆ ਆਪਾਂ ਥੋੜੀ ਕਿ ਜਿੰਨੇ ਦਿਨ ਦੀ ਕਹਿੰਦਾ ਤੁਹਾਡੀ ਸੇਵਾ ਸੀ ਕਰਮਾ ਚ ਬਾਪੂ ਦੀ ਕਰ ਲਈ ਬਾਪੂ ਚਲੇ ਗਿਆ ਚਲੋ ਮੈਂ ਬੈਠ ਗਿਆ ਅੱਧੇ ਪੌਣੇ ਘੰਟੇ ਬਾਅਦ ਸਾਨੂੰ ਮੈਸੇਂਜਰ ਤੇ ਕਾਲ ਆਉਂਦੀ ਆ ਜਿਹੜਾ ਉੱਥੋਂ ਦਾ ਲੋਕਲ ਮੁੰਡਾ ਹੀ ਸਾਡਾ ਦੋਸਤ ਉਹਦੇ ਫੋਨ ਤੇ ਇੱਕ ਭੈਣ ਗੱਲ ਕਰਦੀ ਆ ਕਹਿੰਦੀ ਵੀਰੇ ਮੈਂ ਤੁਹਾਡੀਆਂ ਪੋਸਟਾਂ ਫੋਟੋਆਂ ਦੇਖੀਆਂ ਸੀ ਵੀ ਮੇਰੀ ਸਹੇਲੀ ਕਹਿੰਦੀ ਸੀ ਇਹ ਫੋਟੋਆਂ ਪਾਉਣ ਵਾਲੀ ਆ ਕਹਿੰਦੀ ਮੈਂ ਕਹਿੰਦੀ ਸੀ ਵੀ ਨਹੀਂ ਇਹ ਵੀਰੇ ਸ ਵੀ ਇਹ ਬਹੁਤ ਚੰਗੇ ਬੰਦੇ ਆ ਕਿੰਨੀ ਫਰ ਤੁਸੀਂ ਨਿਕਲੇ ਫੋਟੋਮਾਂ ਲਈ ਮੈਂ ਕਿਹਾ ਕੀ ਗੱਲ ਹੋ ਗਈ ਭੈਣੇ ਕਹਿੰਦੀ ਵੀਰੇ ਜਿਹੜਾ ਬਾਪੂ ਤੁਸੀਂ ਕੇਸਰ ਸਿੰਘ ਦਿਖਾਇਆ ਸੀ ਨਾ ਫੋਟੋਮਾਂ ਚ ਵੀ ਕਹਿੰਦੀ ਉਹ ਮੇਰੇ ਮੂਹਰੇ ਤੁਰ ਜਾਂਦਾ ਨੰਗਾ ਵੀ ਕੁੜਤਾ ਪਾਇਆ ਤੀੜ ਨੰਗਾ ਵਾ ਵੀ ਉਹਨੂੰ ਤੁਸੀਂ ਛੜਤਾ ਮੈਂ ਕਿਹਾ ਭੈਣੇ ਹੈ ਕਿੱਥੇ ਆ ਕਹਿੰਦੀ ਵੀ ਐ ਕਰਕੇ ਉਹਨੇ ਦੱਸਿਆ ਦਰਾਹੇ ਨਹਿਰ ਦੇ ਉੱਤੇ ਵੀ ਮੈਂ ਸੈਰ ਕਰਦੀ ਸੀ ਉੱਥੋਂ ਨੇ ਆਦੀ ਫਟਾਫਟ ਗੱਡੀ ਚੱਕੀ ਬਾਪੂ ਕੇਸਰ ਸਿੰਘ ਨੂੰ ਦੁਬਾਰਾ ਜਾ ਕੇ ਉੱਥੋਂ ਫੜ ਕੇ ਲਿਆਏ ਚੱਕ ਕੇ ਲਿਆਏ ਉਸ ਤੋਂ ਬਾਅਦ ਸਾਨੂੰ ਸੋਝੀ ਆਈ ਵੀ ਬਾਪੂ ਨੂੰ ਦਿਮਾਗੀ ਦਵਾਈ ਦਿਵਾਉਣੀ ਪੈਣੀ ਆ ਸਾਨੂੰ ਹੂੰ ਉਦੋਂ ਪਹਿਲਾਂ ਅਸੀਂ ਰਾਤ ਨੂੰ ਬਾਪੂ ਨੂੰ ਇੱਕ ਐਲਪ੍ਰੈਕਸ ਦੀ ਗੋਲੀ ਦੇ ਕੇ ਸਮਾਧਨ ਦਿੰਦੇ ਸੀ ਫਿਰ ਅਸੀਂ ਸਾਈਕੀਆਟ੍ਰਿਕ ਕੋਲੇ ਗਏ ਬਾਪੂ ਨੂੰ ਦਵਾਈ ਦਵਾਈ ਬਾਪੂ ਥੋੜਾ ਠੀਕ ਹੋਣ ਲੱਗ ਗਏ ਫਿਰ ਟਾਬੇ ਤੇ ਪਿੱਛੇ ਬਾਪੂ ਬੈਠਾ ਹੁੰਦਾ ਸੀ ਮੰਜੇ ਲਾਇੇ ਨਿਮਾਂ ਦੇਖਣ ਲੱਗੀਆਂ ਸੀ ਪਿੱਛੇ ਵਾਸ਼ਰੂਮ ਬਣਿਆ ਸੀ ਸਾਡੇ ਜਦੋਂ ਪਿੱਛੇ ਕਿਸੇ ਨੇ ਟਾਇਲਟ ਵਾਸ਼ਰੂਮ ਜਾਣਾ ਫੈਮਿਲੀ ਨੇ ਬਾਪੂ ਹੁਣ ਮਤਲਬ ਗਲਤ ਗੱਲ ਬੋਲ ਦਿੰਦੇ ਸੀ ਕਿਤੇ ਕੁਝ ਸਾਡੇ ਟਾਬੇ ਤੇ ਲੋਕ ਹੋਂ ਹਟ ਗਏ ਸਾਡੇ ਟਾਬੇ ਤੇ ਇਦਾਂ ਦੇ ਬੰਦੇ ਬੈਠੇ ਇੱਥੇ 10 12 ਜਿਨ੍ਹਾਂ ਦੇ ਪੱਟੀਆਂ ਹੋਈਆਂ ਹੋਈਆਂ ਮੰਨ ਲੋ ਢਾਬੇ ਤੇ ਸਾਡੇ ਯਕੀਨ ਮੰਨਿਓ ਐਦਾਂ ਦੇ ਹਾਲਾਤ ਬਣ ਗਏ ਇੱਕ ਦਿਨ ਅਸੀਂ ਇੱਕ ਬੰਦਾ ਸਾਨੂੰ ਮਿਲਿਆ ਸੜਕ ਤੋਂ ਉਹਦੇ ਟੈਸਟ ਕਰਾਏ ਅਸੀਂ ਜਦੋਂ ਥੋੜੇ ਜਿਹਾ ਵੇਅਰ ਹੋ ਗਏ ਅਸੀਂ ਆਉਣ ਦੇ ਸਾਰ ਟੈਸਟ ਕਰਾ ਦਿੰਦੇ ਸੀ ਬੰਦੇ ਦੇ ਅਸੀਂ ਟੈਸਟ ਕਰਾਏ ਉਹ ਐਚ ਆਈ ਵੀ ਪੋਜ਼ਿਟਿਵ ਨਿਕਲਿਆ ਬੰਦਾ ਉਹ ਮੈਂ ਢਾਬੇ ਤੇ ਹੈ ਨਹੀਂ ਸੀ ਉਹ ਜਿਹੜਾ ਦਰਾਹੇ ਤੋਂ ਸੀਗਾ ਲੈਬ ਵਾਲਾ ਉਹ ਰਿਪੋਰਟਾਂ ਦੇਣ ਆਇਆ ਢਾਬੇ ਦੇ ਇੰਚਾਰਜ ਨੂੰ ਕਹਿੰਦਾ ਵੀ ਇਹ ਟੈਸਟ ਆ ਬਾਈ ਨੂੰ ਦੱਸ ਦੇ ਵੀ ਇਹਨੂੰ ਬੰਦੇ ਨੂੰ ਏਡ ਜਾ ਵੀ ਧਿਆਨ ਰੱਖੋ ਜਦੋਂ ਮੈਂ ਸ਼ਾਮ ਨੂੰ ਵਾਪਸ ਆਇਆ ਮੈਨੂੰ ਉਹਨਾਂ ਨੇ ਦੱਸਿਆ ਕਹਿੰਦੇ ਜੀ ਇਹੜੇ ਟੇੜਜਾ ਸਾਰੇ ਬੇਟਰ ਬੂਟਰ ਡਰੇ ਫਿਰਨ ਵੀ ਇਹਨੂੰ ਟੇੜਜ ਹੋਈ ਹੋਈ ਆ ਉਹ ਮੈਂ ਕਿਹਾ ਟੇੜਜ ਕੋਈ ਐ ਨਹੀਂ ਹੁੰਦੀ ਵੀ ਟੇੜ ਦੇ ਇੱਕ ਬਿਮਾਰੀ ਆ ਠੀਕ ਆ ਵੀ ਐ ਥੋੜੀ ਵੀ ਆਪਰੇ ਨਾਲ ਖੜ ਜਾਂਗੇ ਆਪਾਂ ਨੂੰ ਵੀ ਹੋ ਜੂ ਚਲੋ ਸ਼ਾਮ ਨੂੰ ਅਸੀਂ ਸੌਂਗੇ ਸਵੇਰ ਨੂੰ ਜਦ ਅਸੀਂ ਉੱਠੇ ਸਾਡੇ ਸਾਰੇ ਬੇਟਰ ਭੱਜ ਗਏ ਛੱਡ ਗਏ ਸਾਡੇ ਕਾਰੀਗਰ ਵੀ ਛੱਡ ਗਏ ਢਾਬਾ ਖਾਲੀ ਸਵੇਰ ਨੂੰ ਸਵੇਰ ਨੂੰ ਰੋਟੀਆਂ ਲਾ ਕੇ ਵੀ ਅਸੀਂ ਆਪ ਖਵਾਈਆਂ ਬਾਬਿਆਂ ਨੂੰ ਤੇ ਫਿਰ ਸਟੇਸ਼ਨਾਂ ਤੋਂ ਮਿਲ ਜਾਂਦੇ ਇਦਾਂ ਦੇ ਬੰਦੇ ਫਿਰ ਅਸੀਂ ਲੁਧਿਆਣਾ ਸਟੇਸ਼ਨ ਤੋਂ ਜਾ ਕੇ ਹੋਰ ਨਵੇਂ ਬੰਦੇ ਲੱਭ ਕੇ ਲਿਆਏ ਤੰਦੂਰੀਆ ਵੀ ਲੱਭ ਕੇ ਲਿਆਉਨੇ ਸਬਜ਼ੀ ਬਣਾਉਣ ਵਾਲਾ ਵੀ ਲੱਭ ਕੇ ਲਿਆਂਦਾ ਮਤਲਬ ਢਾਬਾ ਸਾਡਾ 2-3 ਕਿ ਮਹੀਨੇ ਚੱਲਿਆ ਜੀ ਵਧੀਆ ਜਦੋਂ ਉਦੋਂ ਬਾਅਦ ਤਾਂ ਫਿਰ ਸਾਡੇ ਕੋਲੋਂ ਪੱਲਿਓ ਸਾਡੇ ਨੂੰ ਪੈਸੇ ਪੈਣ ਲੱਗ ਗਏ ਪਰ ਢਾਬੇ ਤੇ ਫਿਰ ਇੱਕੋ ਹੀ ਸੀ ਬਸ ਜਿਹੜੇ ਇਹਨਾਂ ਵਾਸਤੇ ਰੋਟੀ ਬਣਦੀ ਸੀ ਬਾਕੀ ਜਿੰਨੇ ਕੋਈ ਆਉਂਦਾ ਸੀ ਖਰਚੇ ਪੂਰੇ ਹੋ ਜਾਣੇ ਜਾਂ ਕੋਈ ਹੋਰ ਪੱਲੇ ਪੈਣ ਲੱਗ ਗਿਆ ਫਿਰ ਢਾਬਾ ਐਨਆਰਆਈ ਬੰਦੇ ਦਾ ਸੀ ਉਹ ਉਹ ਬਾਹਰ ਸੀ ਬੰਦਾ ਉਹ ਲੀਜ਼ ਤੇ ਲਿਆ ਹੋਇਆ ਸਾਡੇ ਦੋਸਤਾਂ ਉਦੋਂ ਇੱਕ ਦੋ ਬਰੀ ਸਨੇਹ ਆਏ ਵੀ ਇਹਨਾਂ ਨੇ ਮੇਰਾ ਟੱਬਾ ਦੱਬਣ ਕਰਕੇ ਇਦਾਂ ਦਾ ਸਿਸਟਮ ਬਣਾ ਰਿਆ ਹੈ ਵੀ ਇਹਨਾਂ ਨੇ ਦੱਬਣਾ ਕਿਉਂਕਿ ਸਾਡੀ ਐਮੇ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਸੋਚ ਵੀ ਸੀਗੀ ਕਿਤੇ ਨਾ ਕਿਤੇ ਵੀ ਆਪਾਂ ਛੱਡਣਾ ਨਹੀਂ ਹੋਣੇ ਕਿ ਐਨਆਰਆਈ ਦਾ ਦੱਬ ਲਾਂਗੇ ਕਿਉਂਕਿ ਅਸੀਂ ਐਮੇ ਝੂਠ ਮਾਰੀਏ ਵੀ ਅਸੀਂ ਬਹੁਤ ਸਾਥ ਸੀ ਬੰਦੇ ਹਨ ਤੇ ਪਰ ਜਦੋਂ 16 17 ਬੰਦਿਆਂ ਦੀ ਗੱਲ ਸੀ ਜਦੋਂ ਸਾਡੇ ਆਸ-ਪਾਸ ਸਾਡੇ ਨਾਲ ਦੇ ਵੀ ਇਦਾਂ ਦੀਆਂ ਗੱਲਾਂ ਕਰਨ ਲੱਗ ਗਏ ਤਾਂ ਮੇਰੇ ਮਨ ਦੀ ਇਹ ਭਾਵਨਾ ਸੀ ਮੈਂ ਕਿਹਾ ਵੀ ਨਹੀਂ ਆਪਾਂ ਐਡੀ ਤਗਾ ਨਹੀਂ ਕਰਨੀ ਹੁਣ ਵੀ ਜਿਹੜੇ ਮਾਰੇ ਨੇ ਆਪਾਸੇ ਲਾਇਆ ਉਹ ਤੋਂ ਪਹਿਲਾਂ ਇੱਕ ਘਟਨਾ ਸਾਡੇ ਵਾਪਰ ਗਈ ਸੀਗੀ ਉਹ ਮੈਂ ਪਹਿਲਾ ਬੰਦਾ ਜਿਹੜਾ ਸੀ ਘਰੇ ਭੇਜਿਆ ਸੀ ਜਿਹਦਾ ਘਰ ਲੱਭਿਆ ਸੀ ਉਹ ਸੀਗਾ ਜੀ ਮੱਖਣ ਸਿੰਘ ਨਾ ਸੀ ਫਗਵਾੜੇ ਦਾ ਰਹਿਣ ਵਾਲਾ ਸੀ ਬੰਦਾ ਉਹ ਸਾਨੂੰ ਮਿਲਿਆ ਸੜਕ ਤੇ ਜਾਂਦਾ ਸੁੱਕਿਆ ਹੱਡੀਆਂ ਦਾ ਪਿੰਜਰ ਕਾਲੇ ਰੰਗ ਦਾ ਵਿਚਾਰਾ ਹੋਇਆ ਹੋਇਆ ਉਹਨੂੰ ਅਸੀਂ ਲਿਆਏ ਨਿਮਾ ਕੇ ਉਹਦੀਆਂ ਫੋਟੋਆਂ ਪਾਉਂ ਜਿਵੇਂ ਪਾਉਂਦੇ ਸੀ ਅੱਗੇ ਸਾਰਿਆਂ ਦੀ ਓਵੇਂ ਪਾਤੀਆਂ ਤਾਂ ਸਾਨੂੰ ਇੱਕ ਬੰਦੇ ਦਾ ਫੋਨ ਆਇਆ ਬਾਹਰੋਂ ਕਹਿੰਦਾ ਬਾਈ ਇਹ ਮੇਰੇ ਪਿੰਡ ਦਾ ਬੰਦਾ